ਜੀਮਾ ਸਾਹਿਬ, ਕਿਸ ਤਰੀਕੇ ਦਾ ਪੰਜਾਬ ਦਾ ਮਾਹੌਲ ਜਿਹੜਾ ਉਹ ਨਜ਼ਰ ਆਉਂਦਾ ਹੈ? ਕਿਉਂਕਿ ਇੱਕ ਸੀਟ ਆਮ ਆਦਮੀ ਪਾਰਟੀ ਕੋਲ ਲੋਕ ਸਭਾ ਦੇ ਵਿੱਚ ਸੀਗੀ, ਉਹ ਵੀ ਸੁਸ਼ੀਲ ਰਿੰਕੂ ਉੱਥੇ ਚਲੇ ਗਏ। ਇਸ ਵਾਰ ਕਿੰਨੀਆਂ ਸੀਟਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਪੰਜਾਬ 'ਚ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਸਾਰੇ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਸਾਰੇ ਜਣੇ ਸ਼ਾਂਤੀਪੂਰਵਕ ਲੋਕਤੰਤਰ ਨੂੰ ਰੱਖਿਆ ਦੇ ਲਈ ਔਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰਨ। ਸਾਰੇ ਜਣੇ ਜਾ ਕੇ, ਕਿਉਂਕਿ ਦਿਨ ਦੇ ਵਿੱਚ ਗਰਮੀ ਹੋ ਜਾਂਦੀ ਆ, ਔਰ ਬਿਲਕੁਲ ਸਾਰੇ ਜਣੇ ਆਪਣੇ ਘਰਾਂ 'ਚੋਂ ਨਿਕਲਣ ਔਰ ਇਸ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਦੇ ਵਿੱਚ ਆਪਣਾ ਆਪਣਾ ਬਣਦਾ ਯੋਗਦਾਨ ਪਾਉਣ। ਔਰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਆ ਕੇ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਕੇ ਵੋਟ ਪਾਉਣ। ਔਰ ਦੂਸਰਾ, ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ ਬਹੁਤ ਸਾਰੇ ਕੰਮ ਪੰਜਾਬ ਦੇ ਕੀਤੇ ਨੇ, ਪੰਜਾਬ ਦੀ ਆਵਾਮ ਲਈ ਕੀਤੇ ਨੇ, ਲੋਕਾਂ ਲਈ ਕੀਤੇ ਨੇ, ਔਰ ਮੈਨੂੰ ਆਸ ਆ ਕਿ ਅਸੀਂ 13-0 ਦੇ ਨਾਲ ਇਹ ਜਿਹੜਾ ਮੈਦਾਨ ਉਹਨੂੰ ਫਤਿਹ ਕਰਾਂਗੇ। ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ। 2014-2019 ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੇਵ ਸੀ, ਉਦੋਂ ਭਗਵੰਤ ਮਾਨ ਇੱਥੋਂ ਜਿੱਤੇ। 2022 'ਚ ਸਰਕਾਰ ਬਣਦੀ ਹੈ ਆਮ ਆਦਮੀ ਪਾਰਟੀ ਦੀ, ਔਰ ਉਸ ਤੋਂ 3 ਮਹੀਨੇ ਬਾਅਦ ਹੀ ਸਿਮਰਨਜੀਤ ਸਿੰਘ ਮਾਨ ਇਹ ਕਿਲਾ ਢਾ ਦਿੰਦੇ ਨੇ। ਦੇਖੋ, ਉਸ ਸਮੇਂ ਸਰਕਾਰ ਕੋਲ ਥੋੜਾ ਘੱਟ ਸਮਾਂ ਸੀਗਾ, ਪਾਰਟੀ ਕੋਲ ਘੱਟ ਸਮਾਂ ਸੀ, ਪਰ ਲੇਕਿਨ 2 ਸਾਲਾਂ 'ਚ ਵੱਡੀਆਂ ਪ੍ਰਾਪਤੀਆਂ ਹੋਈਆਂ ਨੇ। ਕਿਉਂਕਿ ਅੱਜ ਪੋਲਿੰਗ ਦਾ ਸਮਾਂ ਗਾ, ਇਲੈਕਸ਼ਨ ਕੰਪੇਨ ਖਤਮ ਹੋ ਚੁੱਕੀ ਹੈ। ਨਹੀਂ, ਮੈਂ ਤੁਹਾਨੂੰ ਇਕੱਲੇ ਇਕੱਲੇ ਕੰਮ ਜਿਹੜੇ ਨੇ ਉਹ ਦੁਬਾਰੇ ਗਿਣਾਉਣ ਦਾ। ਮੈਂ ਅੱਜ ਆਇਆਂਗਾ ਆਪਣੇ ਪੋਲਿੰਗ ਸਟੇਸ਼ਨ 'ਤੇ ਆਇਆਂਗਾ ਔਰ ਦੇਖ ਕੇ ਆਇਆਂਗਾ ਸਾਰੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਜਿੰਨੇ ਵੀ ਪੋਲਿੰਗ ਬੂਥ ਨੇ ਉਹ ਆਮ ਆਦਮੀ ਪਾਰਟੀ ਦੇ, ਦੂਜੀਆਂ ਪਾਰਟੀਆਂ ਦੇ ਵੀ ਲੱਗੇ ਨੇਗੇ। ਸੋ ਸਭ ਤੋਂ ਚੜ੍ਹਦੀ ਕਲਾ ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਕੈਂਪਾਂ ਦੇ ਵਿੱਚ। ਮੁਕਾਬਲਾ ਕਿਸ ਦੇ ਨਾਲ ਲੱਗ ਰਿਹਾ? ਇੱਕ ਤਰਫਾ ਮੁਕਾਬਲਾ ਜੀ, 13-0 ਜਿੱਤ ਰਿਹਾ। ਇੰਡੀਆ ਅਲਾਇੰਸ ਪੂਰੇ ਦੇਸ਼ 'ਚ ਬਣੀ, 3 ਵਜੇ ਮੀਟਿੰਗ, ਭਗਵੰਤ ਮਾਨ ਉੱਥੇ ਜਾ ਰਹੇ ਨੇ ਮੁੱਖ ਮੰਤਰੀ। ਇੰਡੀਆ ਅਲਾਇੰਸ ਦੀ ਮੀਟਿੰਗ ਹੁਣ ਅੱਗੇ ਕੀ ਤੈਅ ਕਰ ਰਹੀ ਹੈ, ਕਿਉਂਕਿ ਅੱਜ ਵੋਟਿੰਗ ਜਿਹੜੀ ਉਹ ਸ਼ਾਮ ਤੱਕ 7ਵੇਂ ਗੇੜ ਦੀ ਮੁਕੰਮਲ ਹੋ ਜਾਣੀ ਹੈ? ਦੇਖੋ, ਅੱਜ ਬਿਲਕੁਲ ਜਦੋਂ ਲਾਸਟ ਵੋਟਾਂ ਦਾ ਦਿਨ ਆ, ਅੱਜ ਤੋਂ ਬਾਅਦ 4 ਤਰੀਕ ਨੂੰ ਵੋਟਾਂ ਦੀ ਗਿਣਤੀ ਆ, ਔਰ ਮੈਨੂੰ ਜਿਹੜੀ ਇੰਡੀਆ ਅਲਾਇੰਸ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਤੈਅ ਕਰਨਾ ਕਿ ਆਉਣ ਸਰਕਾਰ ਬਣਨ ਤੋਂ ਬਾਅਦ ਕਿਹੜੇ ਕਿਹੜੇ ਕੰਮ ਪ੍ਰਾਇਓਰਟੀ ਦੇ ਆਧਾਰ ਤੇ ਕਰਨੇ ਨੇਗੇ। ਉਹ ਸਰਕਾਰ ਜਿਹੜੀ ਆ ਉਹ ਇੰਡੀਆ ਅਲਾਇੰਸ ਦੀ ਬਣ ਰਹੀ ਹੈ। ਲਾਸਟ ਵਾਲ, ਐਨਡੀਏ ਦਾਅਵਾ ਕਰਦਾ ਕਿ ਅਸੀਂ 400 ਪਾਰ ਜਾਵਾਂਗੇ। ਪ੍ਰਧਾਨ ਮੰਤਰੀ ਇੱਕ ਵਾਰ ਫਿਰ ਧਿਆਨ 'ਚ ਬੈਠ ਗਏ ਨੇ ਔਰ ਕਹਿ ਰਹੇ ਨੇ ਕਿ ਐਨਡੀਏ ਇੱਕ ਵਾਰ ਫਿਰ ਗਵਰਨਮੈਂਟ ਬਣਾ ਰਹੀ ਹੈ। ਭਾਰਤੀ ਜਨਤਾ ਪਾਰਟੀ 200 ਤੋਂ ਥੱਲੇ ਆ ਰਹੀ ਹੈ, ਇਹ ਦੇਸ਼ ਜਾਣਦਾ ਗਾ। ਮੈਂ ਵੀ ਸਾਰੇ ਇਲਾਕਿਆਂ ਜਾ ਕੇ ਆਇਆਂਗਾ, ਦੇਸ਼ ਨੇ ਦੇਖ ਲਿਆ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ 'ਚ ਕੀ ਕੀਤਾ ਗਾ। ਸੋ ਇੰਡੀਆ ਅਲਾਇੰਸ ਜਿਹੜਾ ਉਹ ਗੌਰਮੈਂਟ ਪਲਾਨ ਹੈ। ਜੀਮਾ ਸਾਹਿਬ, ਕਿਸ ਤਰੀਕੇ ਦਾ ਪੰਜਾਬ ਦਾ ਮਾਹੌਲ ਜਿਹੜਾ ਉਹ ਨਜ਼ਰ ਆਉਂਦਾ ਹੈ? ਕਿਉਂਕਿ ਇੱਕ ਸੀਟ ਆਮ ਆਦਮੀ ਪਾਰਟੀ ਕੋਲ ਲੋਕ ਸਭਾ ਦੇ ਵਿੱਚ ਸੀਗੀ, ਉਹ ਵੀ ਸੁਸ਼ੀਲ ਰਿੰਕੂ ਉੱਥੇ ਚਲੇ ਗਏ। ਇਸ ਵਾਰ ਕਿੰਨੀਆਂ ਸੀਟਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਪੰਜਾਬ 'ਚ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਸਾਰੇ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਸਾਰੇ ਜਣੇ ਸ਼ਾਂਤੀਪੂਰਵਕ ਲੋਕਤੰਤਰ ਨੂੰ ਰੱਖਿਆ ਦੇ ਲਈ ਔਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰਨ। ਸਾਰੇ ਜਣੇ ਜਾ ਕੇ, ਕਿਉਂਕਿ ਦਿਨ ਦੇ ਵਿੱਚ ਗਰਮੀ ਹੋ ਜਾਂਦੀ ਆ, ਔਰ ਬਿਲਕੁਲ ਸਾਰੇ ਜਣੇ ਆਪਣੇ ਘਰਾਂ 'ਚੋਂ ਨਿਕਲਣ ਔਰ ਇਸ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਦੇ ਵਿੱਚ ਆਪਣਾ ਆਪਣਾ ਬਣਦਾ ਯੋਗਦਾਨ ਪਾਉਣ। ਔਰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਆ ਕੇ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਕੇ ਵੋਟ ਪਾਉਣ। ਔਰ ਦੂਸਰਾ, ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ ਬਹੁਤ ਸਾਰੇ ਕੰਮ ਪੰਜਾਬ ਦੇ ਕੀਤੇ ਨੇ, ਪੰਜਾਬ ਦੀ ਆਵਾਮ ਲਈ ਕੀਤੇ ਨੇ, ਲੋਕਾਂ ਲਈ ਕੀਤੇ ਨੇ, ਔਰ ਮੈਨੂੰ ਆਸ ਆ ਕਿ ਅਸੀਂ 13-0 ਦੇ ਨਾਲ ਇਹ ਜਿਹੜਾ ਮੈਦਾਨ ਉਹਨੂੰ ਫਤਿਹ ਕਰਾਂਗੇ। ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ। 2014-2019 ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੇਵ ਸੀ, ਉਦੋਂ ਭਗਵੰਤ ਮਾਨ ਇੱਥੋਂ ਜਿੱਤੇ। 2022 'ਚ ਸਰਕਾਰ ਬਣਦੀ ਹੈ ਆਮ ਆਦਮੀ ਪਾਰਟੀ ਦੀ, ਔਰ ਉਸ ਤੋਂ 3 ਮਹੀਨੇ ਬਾਅਦ ਹੀ ਸਿਮਰਨਜੀਤ ਸਿੰਘ ਮਾਨ ਇਹ ਕਿਲਾ ਢਾ ਦਿੰਦੇ ਨੇ। ਦੇਖੋ, ਉਸ ਸਮੇਂ ਸਰਕਾਰ ਕੋਲ ਥੋੜਾ ਘੱਟ ਸਮਾਂ ਸੀਗਾ, ਪਾਰਟੀ ਕੋਲ ਘੱਟ ਸਮਾਂ ਸੀ, ਪਰ ਲੇਕਿਨ 2 ਸਾਲਾਂ 'ਚ ਵੱਡੀਆਂ ਪ੍ਰਾਪਤੀਆਂ ਹੋਈਆਂ ਨੇ। ਕਿਉਂਕਿ ਅੱਜ ਪੋਲਿੰਗ ਦਾ ਸਮਾਂ ਗਾ, ਇਲੈਕਸ਼ਨ ਕੰਪੇਨ ਖਤਮ ਹੋ ਚੁੱਕੀ ਹੈ। ਨਹੀਂ, ਮੈਂ ਤੁਹਾਨੂੰ ਇਕੱਲੇ ਇਕੱਲੇ ਕੰਮ ਜਿਹੜੇ ਨੇ ਉਹ ਦੁਬਾਰੇ ਗਿਣਾਉਣ ਦਾ। ਮੈਂ ਅੱਜ ਆਇਆਂਗਾ ਆਪਣੇ ਪੋਲਿੰਗ ਸਟੇਸ਼ਨ 'ਤੇ ਆਇਆਂਗਾ ਔਰ ਦੇਖ ਕੇ ਆਇਆਂਗਾ ਸਾਰੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਜਿੰਨੇ ਵੀ ਪੋਲਿੰਗ ਬੂਥ ਨੇ ਉਹ ਆਮ ਆਦਮੀ ਪਾਰਟੀ ਦੇ, ਦੂਜੀਆਂ ਪਾਰਟੀਆਂ ਦੇ ਵੀ ਲੱਗੇ ਨੇਗੇ।
ਸੋ ਸਭ ਤੋਂ ਚੜ੍ਹਦੀ ਕਲਾ ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਕੈਂਪਾਂ ਦੇ ਵਿਚ। ਮੁਕਾਬਲਾ ਕਿਸ ਦੇ ਨਾਲ ਲੱਗ ਰਿਹਾ? ਇੱਕ ਤਰਫਾ ਮੁਕਾਬਲਾ ਜੀ, 13-0 ਜਿੱਤ ਰਿਹਾ। ਇੰਡੀਆ ਅਲਾਇੰਸ ਪੂਰੇ ਦੇਸ਼ ਚ ਬਣੀ, 3 ਵਜੇ ਮੀਟਿੰਗ, ਭਗਵੰਤ ਮਾਨ ਉੱਥੇ ਜਾ ਰਹੇ ਨੇ ਮੁੱਖ ਮੰਤਰੀ। ਇੰਡੀਆ ਅਲਾਇੰਸ ਦੀ ਮੀਟਿੰਗ ਹੁਣ ਅੱਗੇ ਕੀ ਤੈਅ ਕਰ ਰਹੀ ਹੈ, ਕਿਉਂਕਿ ਅੱਜ ਵੋਟਿੰਗ ਜਿਹੜੀ ਉਹ ਸ਼ਾਮ ਤੱਕ 7ਵੇਂ ਗੇੜ ਦੀ ਮੁਕੰਮਲ ਹੋ ਜਾਣੀ ਹੈ? ਦੇਖੋ, ਅੱਜ ਬਿਲਕੁਲ ਜਦੋਂ ਲਾਸਟ ਵੋਟਾਂ ਦਾ ਦਿਨ ਆ, ਅੱਜ ਤੋਂ ਬਾਅਦ 4 ਤਰੀਕ ਨੂੰ ਵੋਟਾਂ ਦੀ ਗਿਣਤੀ ਆ, ਔਰ ਮੈਨੂੰ ਜਿਹੜੀ ਇੰਡੀਆ ਅਲਾਇੰਸ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਤੈਅ ਕਰਨਾ ਕਿ ਆਉਣ ਸਰਕਾਰ ਬਣਨ ਤੋਂ ਬਾਅਦ ਕਿਹੜੇ ਕਿਹੜੇ ਕੰਮ ਪ੍ਰਾਇਓਰਟੀ ਦੇ ਆਧਾਰ ਤੇ ਕਰਨੇ ਨੇ, ਉਹ ਸਰਕਾਰ ਜਿਹੜੀ ਆ ਉਹ ਇੰਡੀਆ ਅਲਾਇੰਸ ਦੀ ਬਣ ਰਹੀ ਹੈ। ਲਾਸਟ ਸਵਾਲ, ਐਨਡੀਏ ਦਾਅਵਾ ਕਰਦਾ ਕਿ ਅਸੀਂ 400 ਪਾਰ ਜਾਵਾਂਗੇ, ਪ੍ਰਧਾਨ ਮੰਤਰੀ ਇੱਕ ਵਾਰ ਫਿਰ ਧਿਆਨ ਚ ਬੈਠ ਗਏ ਨੇ ਔਰ ਕਹਿ ਰਹੇ ਨੇ ਕਿ ਐਨਡੀਏ ਇੱਕ ਵਾਰ ਫਿਰ ਗਵਰਨਮੈਂਟ ਬਣਾ ਰਹੀ ਹੈ। ਭਾਰਤੀ ਜਨਤਾ ਪਾਰਟੀ 200 ਤੋਂ ਥੱਲੇ ਆ ਰਹੀ ਹੈ, ਇਹ ਦੇਸ਼ ਜਾਣਦਾ ਗਾ, ਮੈਂ ਵੀ ਸਾਰੇ ਇਲਾਕਿਆਂ ਜਾ ਕੇ ਆਇਆਂਗਾ, ਦੇਸ਼ ਨੇ ਦੇਖ ਲਿਆ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਚ ਕੀ ਕੀਤਾ ਗਾ, ਸੋ ਇੰਡੀਆ ਅਲਾਇੰਸ ਜਿਹੜਾ ਉਹ ਗੌਰਮੈਂਟ ਪਲਾਨ ਹੈ।